ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਬ੍ਰੀ ਪੰਜਾਬ ਚੈਨਲ ਵਿੱਚ ਦੋਸਤੋ ਜਿਸ ਤਰ੍ਹਾਂ ਕਿ ਆਪ ਸਭ ਜਾਣਦੇ ਹੋ ਕਿ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਅਕਾਲ ਚਲਾਣਾ ਕੀਤਾ ਤਾਂ ਕਿਵੇਂ ਅਖ ਦੇ ਫੋਰ ਦੇ ਨਾਲ ਹੀ ਸਿੱਖ ਰਾਜ ਜਿਸ ਨੂੰ ਇੰਨੀ ਆਕੜਾਂ ਸਹਿ ਕੇ ਅਤੇ ਕੁਰਬਾਨੀਆਂ ਦੇ ਕੇ ਸਾਰੇ ਸਿੱਖਾਂ ਨੇ ਖੜਾ ਕੀਤਾ ਸੀ ਉਹ ਖਤਮ ਹੋ ਗਿਆ ਜਦੋਂ ਸ਼ੇਰੇ ਪੰਜਾਬ ਜਿਉਂਦਾ ਸੀ ਤਾਂ ਕਿਸੇ ਨੇ ਪੰਜਾਬ ਬਲ ਅੱਖ ਚੱਕੇ ਨਹੀਂ ਸੀ ਦੇਖੀ ਕੁਝ ਲੋਕ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਨੂੰ ਕੁਦਰਤੀ ਮੰਨਦੇ ਹਨ ਪਰ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਕੁਦਰਤੀ ਮੌਤ ਨਹੀਂ ਬਲਕਿ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਕੀਤਾ ਗਿਆ ਕਤਲ ਸੀ ਸ਼ੇਰੇ ਪੰਜਾਬ ਦਾ ਕਤਲ ਕਿਸ ਨੇ ਕਿਉਂ ਅਤੇ ਕਿਵੇਂ ਕੀਤਾ ਜਾਣੋ ਇਸ ਵੀਡੀਓ ਵਿੱਚ ਪਾਰੇ ਉਸ ਤੋਂ ਪਹਿਲਾਂ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਵੀਡੀਓ ਪੂਰੀ ਸੁਣਿਓ ਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਹੁਣ ਆਪਾਂ ਆਪਣੀ ਵੀਡੀਓ ਅੱਗੇ ਸ਼ੁਰੂ ਕਰਦੇ ਆਂ ਬਾਹਰਾਜਾ ਰਣਜੀਤ ਸਿੰਘ ਦੇ ਕਤਲ ਦੀ ਸਾਜ ਦੀ ਸ਼ੁਰੂਆਤ ਹੁੰਦੀ ਹੈ ਯੂਰਪ ਦੀ ਧਰਤੀ ਤੋਂ ਜਿੱਥੇ ਇੱਕ ਸਹਾਰਨਾ ਜੋਹਦੀ ਪਰਿਵਾਰ ਅਤ ਦਰਜੇ ਦੀ ਗਰੀਬੀ ਵਿੱਚੋਂ ਉੱਠ ਕੇ ਕਾਫੀ ਜ਼ਿਆਦਾ ਅਮੀਰ ਹੋ ਜਾਂਦਾ ਸਭ ਤੋਂ ਪਹਿਲਾਂ ਉਹ ਆਮ ਗਰੀਬ ਕਿਸਾਨਾਂ ਨੂੰ ਕਰਜ਼ਾ ਦਿੰਦਾ ਪਰ ਹੌਲੀ-ਹੌਲੀ ਉਸ ਦਾ ਕਾਰੋਬਾਰ ਵੱਡੇ ਪੱਧਰ ਤੇ ਫੈਲਣ ਲੱਗਦਾ ਇਹ ਤੋਂ ਤੱਕ ਕੇ ਫੌਜਾਂ ਅਤੇ ਸਰਕਾਰਾਂ ਨੂੰ ਜੰਗਾਂ ਜੁੱਦਾਂ ਵਾਸਤੇ ਵੀ ਉਸ ਪਰਿਵਾਰ ਤੋਂ ਕਰਜ਼ਾ ਲੈਣਾ ਪੈਦਾ ਉਸ ਪਰਿਵਾਰ ਦਾ ਨਾਮ ਸੀ ਰੌਲਸ ਚਾਈਲਡ ਫੈਮਿਲੀ ਉਸ ਪਰਿਵਾਰ ਦਾ ਮੁੱਖ ਮੰਤਵ ਸੀ ਕਿ ਕਿਸੇ ਵੀ ਤਰੀਕੇ ਨਾਲ ਪੂਰੇ ਯੂਰਪ ਨੂੰ ਆਰਥਿਕ ਤੌਰ ਤੇ ਗੁਲਾਮ ਕੀਤਾ ਜਾਵੇ ਕਿਉਂਕਿ ਉਹ ਮੰਨਦੇ ਸਨ ਕਿ ਕੋਈ ਵੀ ਬੰਦਾ ਕੋਈ ਵੀ ਕੌਮ ਸਰੀਰਿਕ ਗੁਲਾਮੀ ਵਿੱਚੋਂ ਤਾਂ ਨਿਕਲ ਸਕਦੀ ਪਰ ਆਰਥਿਕ ਗੁਲਾਮੀ ਵਿੱਚੋਂ ਨਿਕਲਣਾ ਬਹੁਤ ਔਖਾ ਹੁੰਦਾ ਹਾਲੇ-ਆਲੇ ਕਰਜ਼ੇ ਦੇ ਕੇ ਹੀ ਉਹਨਾਂ ਨੇ ਪੂਰਾ ਯੂਰਪ ਆਪਣੇ ਕਬਜ਼ੇ ਵਿੱਚ ਕਰ ਲਿਆ। ਉਹਨਾਂ ਯੂਰਪ ਦੇ ਸਾਰੇ ਕੁਦਰਤੀ ਸਰੋਤ ਉਸੇ ਪਰਿਵਾਰ ਦੇ ਆਤਵਾਸ ਸਨ। ਇਸ ਵਾਸਤੇ ਉਸ ਫੈਮਿਲੀ ਨੇ ਦੰਗੇ-ਪਸਾਦ ਕਰਵਾਏ, ਤਖਤੇ ਪਲਟੇ ਜੰਗਾਂ-ਯੁੱਧਾਂ ਵੀ ਕਰਵਾਈਆਂ ਗਿਆ। ਯੂਰਪ ਨੂੰ ਗੁਲਾਮ ਬਣਾਉਣ ਤੋਂ ਬਾਅਦ ਉਹਨਾਂ ਦਾ ਮਨ ਨਹੀਂ ਭਰਦਾ ਤਾਂ ਉਹ ਔਣ ਪੂਰੇ ਸੰਸਾਰ ਵੱਲ ਵਾਧਿਆਨ। ਹੌਲੀ-ਹੌਲੀ ਅਰਬ ਦੇਸ਼ਾਂ ਨੂੰ ਗੁਲਾਮ ਬਣਾਉਣਾ ਸ਼ੁਰੂ ਕਰ ਦਿੱਤਾ ਜਾਂਦਾ। ਆਫਰੀਕੀ ਦੇਸ਼ਾਂ ਦੀਆਂ ਸੋਨੇ ਦੀਆਂ ਖਦਾਨਾਂ ਹਥਿਆਈਆਂ ਜਾਂਦੀਆਂ ਹਨ ਨਹਿਰਾਂ ਤੇ ਪੀਣ ਵਾਲੇ ਪਾਣੀ ਦੇ ਦੇਸ਼ਾਂ ਨੂੰ ਹੌਲੀ-ਹੌਲੀ ਗੁਲਾਮ ਕੀਤਾ ਜਾਂਦਾ ਇਸ ਦੌਰਾਨ ਹੀ ਉਸ ਰੌਲਸ ਚਾਈਲਡ ਫੈਮਿਲੀ ਦਾ ਇੱਕ ਮੈਂਬਰ ਭਾਰਤ ਆਉਂਦਾ ਹੈ ਜੋ ਭਾਰਤ ਵਿੱਚਲੇ ਕੁਦਰਤੀ ਸਰੋਤਾਂ ਨੂੰ ਦੇਖ ਕੇ ਹੈਰਾਨ ਰਹਿ ਜਾਂਦਾ ਉਸ ਸਮੇਂ ਭਾਰਤ ਦੇ ਰਾਜੇ ਮਹਾਰਾਜੇ ਵੀ ਬਹੁਤ ਜ਼ਿਆਦਾ ਅਮੀਰ ਸਨ ਉਹ ਮੈਂਬਰ ਫਿਰ ਵਾਪਸ ਇਹ ਯਾਰ ਪਹੁੰਚ ਕੇ ਆਪਣੇ ਪਰਿਵਾਰ ਨੂੰ ਇਸ ਬਾਰੇ ਦੱਸਦਾ ਹੈ ਇਹ ਪਰਿਵਾਰ ਫਿਰ ਰੌਲਸ ਚਾਈਲਡ ਫੈਮਿਲੀ ਆਪਣੇ 200 ਸਿਰ ਕੱਢ ਵਪਾਰੀਆਂ ਅਤੇ ਗੁਲਾਮਾਂ ਨੂੰ ਭਾਰਤ ਭੇਜਦੀ ਹੈ ਇਹਨਾਂ 200 ਲੋਕਾਂ ਨੇ ਭਾਰਤ ਵਿੱਚ ਆ ਕੇ ਇੱਕ ਕੰਪਨੀ ਬਣਾਈ ਸੀ ਜਿਸ ਨੂੰ ਅਸੀਂ ਈਸਟ ਇੰਡੀਆ ਦੇ ਨਾਮ ਨਾਲ ਜਾਣਦੇ ਹਾਂ ਹਾਂਜੀ ਠੀਕ ਸੁਣਿਆ ਤੁਸੀਂ ਰੌਲਸ ਚਾਈਲਡ ਫੈਮਿਲੀ ਈਸਟ ਇੰਡੀਆ ਕੰਪਨੀ ਦੇ ਮਾਲਕ ਸੀ ਜੋ ਭਾਰਤ ਵਿੱਚ ਆਈ ਤਾਂ ਵਪਾਰ ਕੰਪਨੀ ਪਰ ਇਸਨੇ ਕੰਪਨੀ ਨੇ ਯੂਰਪ ਨਾਲੋਂ ਵੀ ਭਾਰਤ ਉੱਤੇ ਸੌਖਾ ਕਬਜ਼ਾ ਕਰ ਲਿਆ ਕਿਉਂਕਿ ਉਸ ਸਮੇਂ ਇੱਕ ਤਾਂ ਭਾਰਤ ਦੇ ਭਾਰ ਦੇ ਰਾਜੇ ਆਪਸ ਵਿੱਚ ਝਗੜਦੇ ਰਹੇ ਦੇ ਸਨ ਦੂਜੇ ਇਸ ਕੰਪਨੀ ਨੇ ਆ ਕੇ ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ ਅਪਣਾਈ 1799 ਵਿੱਚ ਜਦੋਂ ਈਸਟ ਇੰਡੀਆ ਕੰਪਨੀ ਨੇ ਭਾਰਤ ਦੇ ਟਿੱਪੂ ਸੁਲਤਾਨ ਨੂੰ ਹਰਾਇਆ ਤਾਂ ਉਸ ਦਾ ਬੇਸ਼ਕੀਮਤੀ ਖਜ਼ਾਨਾ ਦੇਖ ਕੇ ਉਹ ਹੈਰਾਨ ਰਹਿ ਗਏ ਇਸ ਤਰ੍ਹਾਂ ਕਰਦੇ ਕਰਦੇ 1805 ਦੇ ਕਰੀਬ ਈਸਟ ਇੰਡੀਆ ਕੰਪਨੀ ਨੇ ਅੰਗਰੇਜ਼ਾਂ ਨੇ ਪੂਰੇ ਭਾਰਤ ਉੱਤੇ ਕਬਜ਼ਾ ਕਰ ਲਿਆ ਸੀ ਭਾਵੇਂ ਕਿ ਸਾਰੇ ਭਾਰਤ ਨੂੰ ਗੁੜਾਮ ਬਣਾ ਲਿਆ ਗਿਆ ਪਰ ਇੱਕ ਹਕੂਮਤ ਇੱਕ ਰਾਜ ਅਜਾਇਬੀ ਸੀ ਜਿਸ ਉੱਤੇ ਨਾ ਤਾਂ ਅੰਗਰੇਜ਼ ਹਮਲਾ ਕਰਨ ਦੀ ਜ਼ਰੂਰਤ ਰੱਖਦੇ ਸਨ ਤੈਨਾਂ ਇਹਨਾਂ ਨੂੰ ਗੁਲਾਮ ਬਣਾਉਣ ਦੀ ਉਸ ਰਾਜ ਦੀਆਂ ਅੱਧਾ ਅਫਗਾਨਿਸਤਾਨ ਤੋਂ ਲੈ ਕੇ ਲੇਹ ਲਦਾਖ ਤਿੱਬਤ ਤੱਕ ਜਾਂਦੀ ਆ ਸਰ ਇਸ ਰਾਜ ਦੇ ਖਜ਼ਾਨੇ ਵਿੱਚ 9 ਕਰੋੜ ਦੀਆਂ ਸੋਨੇ ਦੀਆਂ ਮੋਹਰਾ 80 ਕਰੋੜ ਦੇ ਹੀਰੇ ਜਵਾਹਰਾਤ ਅਤੇ ਨਿਆਬ ਬੇਸ਼ਕੀਮਤੀ ਕੋਈ ਨਹੀਂ ਰਹੀਰਾ ਉਸ ਹਕੂਮਤ ਦੇ ਖਜ਼ਾਨੇ ਦੀ ਸ਼ਾਨ ਸੀ ਉਹ ਹਕੂਮਤ ਜਿਸ ਨੇ ਇੰਨਾ ਸੋਨਾ ਆਪਣੇ ਗੁਰੂ ਘਰ ਉੱਤੇ ਹੀ ਲਗਾ ਦਿੱਤਾ ਸੀ ਜਿੰਨਾ ਸੋਨਾ ਇੰਗਲੈਂਡ ਦੀ ਸਰਕਾਰ ਕੋਲ ਵੀ ਨਹੀਂ ਸੀ ਉਸ ਹਕੂਮਤ ਕੋਲ ਹਜ਼ਾਰਾਂ ਹਾਥੀ ਘੋੜੇ ਅਸਤਬਲਾਂ ਦਾ ਸ਼ਿਕਾਰ ਸਨ ਤੇ ਉਸ ਹਕੂਮਤ ਦਾ ਰਾਜਾ ਸੋਨੇ ਦੀ ਬੱਗੀ ਉੱਤੇ ਸਫ਼ਰ ਕਰਦਾ ਸੀ ਉਸ ਹਕੂਮਤ ਦਾ ਨਾਮ ਸੀ ਪੰਜਾਬ ਉਸ ਰਾਜ ਦਾ ਨਾਮ ਸੀ ਖਾਲਸਾ ਰਾਜ ਅਤੇ ਉਸ ਦੇ ਮਹਾਰਾਜੇ ਦਾ ਨਾਮ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਸ ਨੂੰ ਅੰਗਰੇਜ਼ ਅਨੰਡਿਫੀਟਡ ਕਮਾਂਡਰ ਕਹਿ ਕੇ ਬੁਲਾਉਂਦੇ ਸਨ ਔਰ ਰਾਜਾ ਕਦੇ ਨਹੀਂ ਆ ਰਿਹਾ ਸੀ ਮਹਾਰਾਜਾ ਰਣਜੀਤ ਸਿੰਘ ਅੰਗਰੇਜ਼ਾਂ ਨੂੰ ਸਿੱਖ ਰਾਜ ਵਿੱਚ ਵੜਨਾ ਤਾਂ ਦੂਰ ਲਾਹੌਰ ਵੱਲ ਅੱਖ ਚੱਕ ਕੇ ਵੀ ਝਾਕ ਨਹੀਂ ਸੀ ਦਿੰਦਾ ਇਹ ਗੱਲ ਅੰਗਰੇਜ਼ਾਂ ਨੂੰ ਭਲੀ ਭਾਤੀ ਪਤਾ ਸੀ ਕਿ ਜਿੰਨਾ ਚਿਰ ਸ਼ੇਰੇ ਪੰਜਾਬ ਜਿਉਦਾ ਹੈ ਉਹਨਾਂ ਚਿਰ ਪੰਜਾਬ ਵੱਲ ਝਾਕਣਾ ਵੀ ਵੱਡਾ ਗੜਾ ਹੋਵੇਗਾ ਇਹ ਸਾਰੀ ਜਾਣਕਾਰੀ ਪਹੁੰਚਾਈ ਜਾਂਦੀ ਐ ਜੋਰਪ ਦੇ ਵਿੱਚ ਬੈਠੀ ਰੋਲਸ ਚਾਈਲਡ ਫੈਮਿਲੀ ਕੋਲ ਉਸ ਨੂੰ ਸਾਰੀਆਂ ਮੁਸ਼ਕਲਾਂ ਬਾਰੇ ਦੱਸਿਆ ਜਾਂਦਾ ਔਰ ਹੌਲਸ ਚਾਈਲਡ ਫੈਮਿਲੀ ਫਿਰ ਸਾਜ਼ਿਸ਼ ਘੜਦੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਕਿਸੇ ਤਰੀਕੇ ਖਤਮ ਕੀਤਾ ਜਾਵੇ ਫਿਰ ਹੀ ਪੰਜਾਬ ਉੱਤੇ ਕਬਜ਼ਾ ਹੋਵੇਗਾ ਇਸੇ ਸਾਜ਼ਿਸ਼ ਤਹਿਸ ਫਿਰ ਇਹ ਫੈਮਿਲੀ ਦੇ 15 ਮੈਂਬਰਾਂ ਦੀ ਟੀਮ ਭਾਰਤ ਆਉਂਦੀ ਹੈ ਜੋ ਮਹਾਰਾਜਾ ਰਣਜੀਤ ਸਿੰਘ ਨੂੰ ਮਾਰਨ ਦੀਆਂ ਸਕੀਮਾਂ ਘੜਦੀ ਹੈ ਇਸੇ ਸਾਜ਼ਿਸ਼ ਤਹਿ ਤੇ ਇਹ ਮਹਾਰਾਜੇ ਦੇ ਦਰਬਾਰ ਦੇ ਦਰਬਾਰੀਆਂ ਨੂੰ ਖਰੀਦਿਆ ਜਾਂਦਾ ਜਿਨ੍ਹਾਂ ਵਿੱਚੋਂ ਵੱਡੇ ਨਾਂ ਡੋਗਰੇ ਭਰਾਵਾ ਦੇ ਸਨ ਮਹਾਰਾਜੇ ਦੀ ਜੀਵਨ ਸ਼ੈਲੀ ਦੀ ਸੂਰੱਖੀ ਜਾਂਦੀ ਹੈ। ਉਹਨਾਂ ਦੇ ਉੱਠਣ-ਬੈਠਣ ਦਾ ਸਮਾਂ, ਖਾਣ-ਪੀਣ ਦਾ ਆਦਤਾਂ ਬਾਰੇ ਪਤਾ ਕੀਤਾ ਜਾਂਦਾ। ਅੰਗਰੇਜ਼ਾਂ ਨੂੰ ਆਪਣੀ ਪਹਿਲੀ ਚਾਲ ਚੱਲਣ ਦਾ ਮੌਕਾ ਉਸ ਵਕਤ ਮਿਲਿਆ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਪਸੰਦੀਦਾ ਘੋੜੀ ਲੈਲਾ ਬਿਮਾਰ ਹੋ ਜਾਂਦੀ। ਮਹਾਰਾਜੇ ਨੇ ਪੰਜਾਬ ਦੇ ਹਕੀਮਾਂ ਤੋਂ ਜਦੋਂ ਇਲਾਜ ਕਰਵਾਇਆ ਪਰ ਲੈਲਾ ਠੀਕ ਨਾ ਹੋਈ ਤਾਂ ਇੱਕ ਦਿਨ ਹੰਰੇਜਾਂ ਦਾ ਭੇਜਿਆ ਹੋਇਆ ਡਾਕਟਰ ਹੈਨਰੀ ਮਾਰਟਨ ਦਰਬਾਰ ਵਿੱਚ ਆਉਂਦਾ ਹੈਨਰੀ ਮਾਰਟਨ ਬਹੁਤ ਚੁੱਸਤ ਤਲਾਕ ਸੀ ਉਸ ਦਾ ਪਿਓ ਸੈਮਿਊਲ ਮਾਰਟਨ ਜਿਸ ਨੇ ਹੋਮਿਓਪੈਥੀ ਦੀ ਖੋਜ ਕੀਤੀ ਸੀ ਅਤੇ ਉਹ ਰੋਲਸ ਚਾਈਲਡ ਫੈਮਿਲੀ ਦਾ ਫੈਮਿਲੀ ਡਾਕਟਰ ਸੀ ਹੈਨਰੀ ਮਾਰਟਨ ਲੈਲਾ ਨੂੰ ਠੀਕ ਕਰ ਦਿੰਦਾ ਤੇ ਉਸ ਤੋਂ ਬਾਅਦ ਉਹ ਸਾਰੇ ਘੋੜਿਆਂ ਦੀ ਦੇਖਭਾਲ ਕਰਦਾ ਕਰਦਾ ਹੌਲੀ ਹੌਲੀ ਸ਼ਾਹੀ ਪਰਿਵਾਰ ਦਾ ਡਾਕਟਰ ਵੀ ਬਣ ਜਾਂਦਾ ਇਸ ਤੋਂ ਅੱਗੇ ਉਹ ਸਿਹਰੇ ਪੰਜਾਬ ਦਾ ਨਿੱਜੀ ਡਾਕਟਰ ਬਣ ਜਾਂਦਾ ਅਤੇ ਕਰਦੇ ਕਰਦੇ ਉਸ ਦੀਆਂ ਸ਼ਾਹੀ ਦਰਬਾਰ ਵਿੱਚ ਦਖਲ ਅੰਦਾਜ਼ੀਆਂ ਵਧ ਜਾਂਦੀਆਂ ਹਨ ਮਹਾਰਾਜੇ ਰਣਜੀਤ ਸਿੰਘ ਦਾ ਨਿੱਜੀ ਡਾਕਟਰ ਹੋਣ ਕਰਕੇ ਉਹ ਮਹਾਰਾਜੇ ਦੇ ਖਾਲ ਪੀਣ ਦਾ ਧਿਆਨ ਰੱਖਦਾ ਅਤੇ ਉਸ ਨੂੰ ਹੁਣ ਉਹ ਮੌਕਾ ਮਿਲ ਗਿਆ ਸੀ ਜਿਸ ਕਰਕੇ ਉਹ ਪੰਜਾਬ ਆਇਆ ਸੀ ਦੂਜੇ ਪਾਸੇ ਡੋਗਰੇ ਭਰਾ ਵੀ ਉਸ ਦੇ ਪੱਖ ਵਿੱਚ ਖੜੇ ਸਨ ਪੈਸੇ ਦੇ ਕੇ ਮਹਾਰਾਜੇ ਦੇ ਚਾਹੀ ਰਸੋਈਆਂ ਵੀ ਖਰੀਦ ਲੈ ਜਾਂਦੇ ਹਨ ਅਤੇ ਫਿਰ ਮਹਾਰਾਜੇ ਰਣਜੀਤ ਸਿੰਘ ਦੇ ਖਾਣੇ ਵਿੱਚ ਮਲਾਵਟ ਸ਼ੁਰੂ ਹੋ ਜਾਂਦੀ ਹੈ ਉਹਨਾਂ ਨੂੰ ਖਾਣੇ ਵਿੱਚ ਮਿੱਠਾ ਜ਼ਹਿਰ ਦੇ ਦਿੱਤਾ ਜਾਂਦਾ ਕੁਝ ਇਤਿਹਾਸਕਾਰ ਇਹ ਵੀ ਕਹਿੰਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਕਦੇ-ਕਦੇ ਸ਼ਰਾਬ ਵੀ ਪੀਂਦੇ ਸਨ ਅਤੇ ਉਹਨਾਂ ਦੀ ਸ਼ਰਾਬ ਵਿੱਚ ਸੱਚੇ ਮੋਤੀ ਪੀ ਕੇ ਪਾਏ ਜਾਂਦੇ ਹਨ ਜਿਸ ਦਾ ਅਸਰ ਛੇਰੇ ਪੰਜਾਬ ਉੱਤੇ ਦਿਖ ਰਿਹਾ ਸੀ ਜਿਹੜਾ ਛੇਰੇ ਪੰਜਾਬ ਸਾਰਾ ਸਾਰਾ ਦਿਨ ਜੰਗਾ ਜੁੱਧਾਂ ਵਿੱਚ ਲੜਦਾ ਨਹੀਂ ਸੀ ਥੱਕਦਾ ਉਹ ਹੁਣ ਕੁਝ ਕੁ ਕਦਮ ਤੁਰਦਾ ਸੀ ਤਾਂ ਉਸ ਦਾ ਸਾਹ ਫੁੱਲਣ ਲੱਗ ਪੈਂਦਾ ਸੀ ਇੱਕ ਦਿਨ ਮਹਾਰਾਜਾ ਰਣਜੀਤ ਸਿੰਘ ਜੰਮੂ ਕਸ਼ਮੀਰ ਦਾ ਦੌਰਾ ਕਰਕੇ ਵਾਪਸ ਲਾਹੌਰ ਆ ਰਹੇ ਸਨ ਤਾਂ ਲਾਹੌਰ ਤੋਂ ਕੁਝ ਕੁ ਦੂਰੀ ਉੱਤੇ ਹੀ ਸਨ ਜਦੋਂ ਉਹਨਾਂ ਨੂੰ ਪਹਿਲਾ ਦਿਨ ਦਾ ਦੌਰਾ ਪੈਂਦਾ ਹੈ ਨਾਲ ਹੀ ਅਧਰੰਗ ਹੋ ਜਾਂਦਾ ਜੇਸ ਤੋਂ ਬਾਅਦ ਸ਼ੇਰੇ ਪੰਜਾਬ ਬਹੁਤ ਜ਼ਿਆਦਾ ਬਿਮਾਰ ਲੈ ਰਹਿਣ ਲੱਗ ਪਏ ਸਨ ਉਹ ਸਾਰਾ ਸਮਾਂ ਬਿਸਤਰੇ ਉੱਤੇ ਹੀ ਰਹਿੰਦੇ ਸਨ ਜਦੋਂ ਹੀ ਉਹਨਾਂ ਦਾ ਸਰੀਰ ਠੀਕ ਹੋ ਰਿਹਾ ਹੁੰਦਾ ਤਾਂ ਫੇਰ ਇੱਕ ਵਾਰ ਦਿਲ ਦਾ ਦੌਰਾ ਪੈਂਦਾ ਪਰ ਕੁਝ ਸਮੇਂ ਬਾਅਦ ਮੁਸੀਬਤਾਂ ਉਦੋਂ ਵਧੀਆਂ ਜਦੋਂ ਮਹਾਰਾਜੇ ਨੂੰ ਤੀਜਾ ਦਿਲ ਦਾ ਦੌਰਾ ਪੈ ਜਾਂਦਾ ਫੇਰ ਉਹਨਾਂ ਦੀ ਸਿਹਤ ਵਿੱਚ ਕਦੇ ਵੀ ਸੁਧਾਰ ਨਹੀਂ ਹੋਇਆ ਤੇ ਹੌਲੀ-ਹੌਲੀ ਉਹ ਬਿਮਾਰ ਹੀ ਹੁੰਦੇ ਗਏ ਤੇ ਅਖੀਰ ਉਹ ਸਮਾਂ ਆਇਆ ਜਦੋਂ ਖਾਲਸਾ ਰਾਜ ਦਾ ਏ ਤਰੂ ਤਾਰਾ ਸਦਾ ਲਈ ਹਸਤ ਹੋ ਗਿਆ ਹੁਣ ਰੋਲਜ਼ ਚਾਈਲਡ ਫੈਮਲੀ ਦੀ ਚਾਲ ਕਾਮਯਾਬ ਹੋ ਚੁੱਕੀ ਸੀ ਉਹ ਆਪਣੇ ਮਕਸਦ ਵਿੱਚ ਕਾਮਯਾਬ ਹੋ ਚੁੱਕੇ ਸਨ ਜਿਸ ਦੇ ਵਿੱਚ ਪੰਜਾਬ ਦੇ ਗਦਾਰ ਡੋਗਰੇ ਭਰਾਵਾਂ ਵਰਗਿਆਂ ਨੇ ਵੀ ਉਹਨਾਂ ਦਾ ਸਾਥ ਦਿੱਤਾ ਸੀ ਇਹ ਸੀ ਮਹਾਰਾਜਾ ਰਣਜੀਤ ਸਿੰਘ ਦੇ ਕਤਲ ਦੀ ਕਹਾਣੀ ਤੁਹਾਨੂੰ ਇਹ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦੱਸਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ